ਕਾਫੀ ਲੋਕ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਤੋਂ ਕੱਲ ਦੇ ਔਰ ਅੱਜ ਕੁਝ ਨਿਰਾਸ਼ ਹੋਏ ਆ ਕੱਲ ਜਿਵੇਂ ਆਪਾਂ ਨੂੰ ਪਤਾ ਹੀ ਆ ਉਹਨਾਂ ਨੇ ਸ਼ਾਇਦ ਲਿਖ ਕੇ ਦਿੱਤਾ ਦਿੱਲੀ ਦੇ ਲੈਫਟਨ ਗਵਰਨਰ ਨੂੰ ਕਿ ਹਾਲੀ ਦਿੱਲੀ ਦੀ ਵਿਧਾਨ ਸਭਾ ਅਸੈਂਬਲੀ ਨੂੰ ਡਿਸਾਲਵ ਨਾ ਕੀਤਾ ਜਾਵੇ ਪੰਗ ਨਾ ਕੀਤਾ ਜਾਵੇ ਉੱਥੋਂ ਇਹ ਲੱਗਦਾ ਸੀ ਕਿ ਸ਼ਾਇਦ ਉਹ ਕਾਂਗਰਸ ਦੇ ਨਾਲ ਰਲ ਕੇ ਦੁਬਾਰਾ ਸਰਕਾਰ ਬਣਾਉਣ ਲੱਗੇ ਆ ਉਸ ਤੋਂ ਬਾਅਦ ਕੁਝ ਕਾਂਗਰਸ ਨੇ ਵੀ ਕਿੰਤੂ ਪਰੰਤੂ ਕੀਤਾ आम आदमी पार्टी ਦੇ ਹੋਰ ਲੀਡਰਾਂ ਨੇ ਵੀ ਕਿਹਾ ਕਿ ਸ਼ਾਇਦ ਸਾਡੇ ਇਹ ਗੱਲ ਖਿਲਾਫ ਜਾਊਗੀ ਜੇ ਅਸੀਂ ਸਰਕਾਰ ਬਣਾਉਣ ਦੇ ਦੁਆਰਾ ਕੋਸ਼ਿਸ਼ ਕੀਤੀ ਐਂਜ ਲੱਗੂਗਾ ਕਿ ਇਹ ਵੀ ਬਾਕੀ ਪਾਰਟੀਆਂ ਮੰਗੂ ਸੱਤਾ ਦੇ ਭੁੱਖੇ ਆ ਅੱਜ ਉਹਨਾਂ ਨੇ ਫਿਰ ਮੀਡੀਆ ਸਾਹਮਣੇ ਕਿਹਾ ਪਹਿਲਾਂ ਤਾਂ ਉਹਨਾਂ ਨੇ ਮਾਫੀ ਮੰਗੀ ਕਿ ਅਸੀਂ ਜਿਹੜਾ ਦਿੱਲੀ ਦੇ ਵਿੱਚ ਪਹਿਲਾਂ ਰਿਜ਼ਾਈਨ ਕਰਤਾ ਸੀਗਾ 40 45 ਦਿਨਾਂ ਦੇ ਬਾਅਦ ਪੂਰੀ ਸਰਕਾਰ ਅਸੀਂ ਨਹੀਂ ਚਲਾਈ ਕੋਸ਼ਿਸ਼ ਨਹੀਂ ਕੀਤੀ ਪੂਰੀ ਉਹਦੀ ਉਹਨਾਂ ਮਾਫੀ ਮੰਗੀ ਔਰ ਨਾਲ ਨਾਲ ਹੀ ਵੀ ਕਿਹਾ ਕਿ ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਲੋਕਾਂ ਕੋਲ ਜਾਵਾਂਗੇ ਇੱਕ ਤਰੀਕੇ ਦਾ ਰੈਫਰੈਂਡਮ ਕਰਾਵਾਂਗੇ ਉਥੋਂ ਪੁੱਛਾਂਗੇ ਕਿ ਸਾਨੂੰ ਸਰਕਾਰ ਬਣਾਉਣੀ ਚਾਹੀਦੀ ਕਿ ਨਹੀਂ ਬਣਾਉਣੀ ਚਾਹੀਦੀ ਔਰ ਉਹਨਾਂ ਕਿਹਾ ਕਿ ਸ਼ਾਇਦ ਹੁਣ ਲੱਗ ਰਿਹਾ ਵਾ ਕਿ ਸਰਕਾਰ ਬਣਾਉਣੀ ਮੁਮਕਿਨ ਨਹੀਂ ਹੈਗੀ ਤੇ ਇਸ ਕਰਕੇ ਸ਼ਾਇਦ ਚੋਣਾਂ ਹੀ ਹੋਣੇ ਚਾਹੀਦੀਆਂ ਔਰ ਉਹ ਚੋਣਾਂ ਲੜਨਗੇ ਮੇਰਾ ਖਿਆਲ ਆ ਇਹ ਇੰਨੀ ਕਨਫਿਊਜ਼ਨ ਦੀ ਲੋੜ ਨਹੀਂ ਗਈ ਕਿਉਂਕਿ ਜਦੋਂ ਤੁਸੀਂ ਪੋਲਿਟਿਕਸ ਦੇ ਚਾਉਂਦੇ ਜੇ ਉਦੋਂ ਉਤਰਾ ਚੜਾ ਤੇ ਆਉਂਦੇ ਰਹਿੰਦੇ ਆ ਪਹਿਲਾਂ ਤੋਂ ਮੇਰਾ ਖਿਆਲ ਆ ਕਿ ਇਹ ਸ਼ਾਇਦ ਮੇਰੇ ਸਾਥ ਨਾਲ ਮੈਂ ਐਜ਼ ਅ ਜਰਨਲਿਸਟ ਕਹਿ ਰਿਹਾ ਮੈਂ ਮੇਰਾ ਖਿਆਲ ਹੀ ਗਲਤੀ ਸੀ ਕਿ ਕਿ ਉਹ ਬਹੁਤ ਤਫ ਸੀਟਸ ਤੋਂ ਨਾ ਇਲੈਕਸ਼ਨ ਲੜੀ ਸ਼ਾਇਦ ਉਹਨਾਂ ਨੂੰ ਚਾਹੀਦਾ ਸੀ ਪੀਓ ਦਿੱਲੀ ਵਰਗੇ ਥਾਂ ਤੋਂ ਜਿੱਥੇ ਉਹਨਾਂ ਨੂੰ ਉਹਨਾਂ ਦਾ ਬੇਸ ਆ ਉੱਥੋਂ ਇਲੈਕਸ਼ਨ ਲੜਦੇ ਸੋ ਦੈਟ ਐਟ ਲੀਸਟ ਪਾਰਲੀਮੈਂਟ ਤੱਕ ਤੇ ਪਹੁੰਚਦੇ ਕਿਉਂਕਿ ਆਪ ਨੂੰ ਲੋਡ ਸੀ ਕੁਝ ਮੈਂਬਰ ਪਾਰਲੀਮੈਂਟਸ ਸੀ ਔਰ ਹੁਣ ਸਿਰਫ ਚਾਰ ਪੰਜਾਬ ਤੋਂ ਹੀ ਉਹਨਾਂ ਦੇ ਐਮਪੀਜ਼ ਜਿੱਤ ਕੇ ਆਏ ਆ ਦੂਸਰਾ ਜਿਹੜਾ ਵਾ ਮੇਰੇ ਖਿਆਲ ਸੋਚ ਸਮਝ ਕੇ ਕੁਝ ਸਟੇਟਮੈਂਟਸ ਦੇਣੇ ਚਾਹੀਦੀਆਂ ਵਾ ਸਾਡਾ ਪ੍ਰੈਸ ਵਲਿਆਂ ਦਾ ਤੇ ਕੰਮ ਹੀ ਆ ਵੀ ਅਸੀਂ ਚਾਹੁੰਦੇ ਆ ਵੀ ਸਟੇਟਮੈਂਟਸ ਆਉਣ ਅਸੀਂ ਉਹਨਾਂ ਨੂੰ ਟੀਵੀ ਤੇ ਖਾਸ ਕਰਕੇ ਟੀਵੀ ਜਰਨਲਿਸਟ ਮੰਮੀ ਕਰਦਾ ਰਿਆ ਮੈਂ ਸੋ ਇਸ ਕਰਕੇ ਲੋੜ ਹੈ ਆਪੀ ਸੋਚ ਸਮਝ ਕੇ ਸਾਰੇ ਸਿਆਸੀ ਲੀਡਰ ਨੂੰ ਕੋਈ ਸਟੇਟਮੈਂਟ ਦੇਣੀ ਚਾਹੀਦੀ ਹੈ ਕਿਉਂਕਿ ਆਪ ਦੇ ਉੱਤੇ ਦੇਸ਼ ਵਾਸੀਆਂ ਦੀਆਂ ਲੋਕਾਂ ਦੀਆਂ ਬਹੁਤ ਆਸ਼ਾਵਾਂ ਹਨ ਸੋ ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਮੇਰੇ ਖਿਆਲ ਬਹੁ ਕਾਂਸ਼ੀਰામ ਜਿਹੜੇ ਬੀਐਸਪੀ ਦੇ ਮੋਦੀ ਸੀਗੇ ਲੀਡਰ ਸੀ ਉਹਨਾਂ ਇੱਕ ਵਾਰੀ ਕਿਹਾ ਸੀ ਕਿ ਪਹਿਲੀ ਇਲੈਕਸ਼ਨ ਹਾਰਨ ਨੂੰ ਦੂਸਰੀ ਹਰਾਉਣ ਨੂੰ ਤੇ ਤੀਜੀ ਇਲੈਕਸ਼ਨ ਜਿੱਤਣ। ਪਾਵੇ ਆ ਮਤਲਬ ਇਹ ਆ ਵੀ 10 ਸਾਲ ਲੱਗਦੇ ਆ ਜੋਂ ਤੱਕ ਤੁਹਾਡਾ ਪੂਰਾ ਜਿਹੜਾ ਬੂਟਾ ਵਾ ਉਹ ਲੱਕੇ ਵੱਡਾ ਹੁੰਦਾ। ਸੋ ਇਸ ਕਰਕੇ ਇਹਦੀ ਸ਼ੇਤੀ ਕਰਨ ਦੀ ਲੋੜ ਨਹੀਂ। ਇਹ ਟਾਈਮ ਸਮਾਂ ਲੱਗਣਾ ਹੀ ਆ। ਇਹ ਬਦਲਾਵ ਆ ਰਿਹਾ ਵਾ, ਜ਼ਰੂਰ ਆ ਰਿਹਾ ਵਾ। ਔਰ ਪੰਜਾਬ ਦੇ ਵਿੱਚ ਇਹ ਜਿਹੜਾ ਇੱਕ ਤਰੀਕੇ ਦਾ ਬੋਨਸ ਹੈਗਾ ਵੀ ਚਾਰ ਸੀਟਾਂ ਆ ਗਈਆਂ ਵਾ। ਉਹ ਜਿਵੇਂ ਆਂਦੇ ਨਾ ਪੰਜਾਬੀ ਦੇ ਪਿੰਡਾਂ ਦੇ ਵਿੱਚ ਵੀ ਝੁੰਗਾ ਮਿਲ ਗਿਆ। ਸੋ ਇਹਦੇ ਤੇ ਇਨਕੈਸ਼ ਕਰਨ ਦੀ ਲੋੜ ਹੈ ਪਰ ਇਹ ਵੀ ਇੱਕ ਸਟ੍ਰੈਟਜੀ ਬਣਾ ਕੇ ਇਨਕੈਸ਼ ਕਰਨ ਦੀ ਲੋੜ ਹੈ ਨਹੀਂ ਤੇ ਆਪਦਾ ਵੀ ਬਾਕੀ ਪਾਰਟੀਆਂ ਵਰਗਾਈ ਹਾਲ ਹੋ ਸਦਾ ਪਰ ਲੋਕਾਂ ਨੂੰ ਆਸ ਬਹੁਤ ਹੈ